ਤੇ ਸਰਕਾਰ ਵੱਲੋਂ ਨਾ ਐ ਇਹਨੂੰ ਚਾਰੇ ਪਾਸੇੋਂ ਬੰਦ ਕਰ ਦਿੱਤਾ ਗਿਆ ਜਿੱਥੇ ਇੱਕ ਜੀ ਨਹੀਂ ਮਿਲਿਆ ਉੱਦੇ ਦਾ ਇੱਥੇ ਖੜਾ ਗਿਆ ਇਹ ਆ ਕਿਸਦਾ ਉਹ ਘਰ ਹੁੰਦਾ ਸੀ ਲੋ ਬਚਾਲੇ ਖੜਾ ਹੁਣ ਮੈਂ ਭੂਤਿਆ ਪਿੰਡ ਦੇ ਕੋਈ ਪਿੰਡਾਂ ਦੇ ਵਿੱਚੋਂ ਇੱਕ ਬੰਦਾ ਤੱਕ ਇਹਨੂੰ ਲੱਭਿਆ ਪਰ ਉਹ ਇੱਕ ਬੰਦੇ ਦੇ ਕਰਕੇ ਇਹ ਸਾਰਾ ਪਿੰਡ ਜਿਹੜਾ ਰਾਤ ਤੇ ਰਾਤ ਐ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਾਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕੋਲਤਰਾ ਜਿਹੜਾ ਰਾਤੇ ਰਾਤ ਉਜੜਿਆ ਹੋਇਆ ਜਾਫਰ ਕਹਿੰਦੇ ਸ਼ਰਾਪਿਤ ਇੱਥੇ ਭੂਤਾਲਾ ਪਿੰਡ ਕਹਿੰਦੇ ਆ ਰਾਜਸਥਾਨ ਦੇ ਵਿੱਚ ਦੁਨੀਆਪੁਰ ਦੇ ਵਿੱਚ ਪ੍ਰਸਿੱਧੇ ਸਥਾਨਾਂ ਰਾਤ ਆਪਾਂ ਇੱਥੇ ਰੁਕੇ ਸੀਗੇ ਤੇ ਇੱਥੇ ਰੁਕੇ ਟੈਂਟ-ਟੁਨਟ ਲਾਇਆ ਤੇ ਇੱਥੋਂ ਹੁਣ ਆਪਾਂ ਪਾਚਾ ਲਾ ਕੇ ਕੋਲਤਰਾ ਆ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਉਹ ਕੋਲਤਰਾ ਉਜੜਿਆ ਹੋਇਆ ਰਾਤੇ ਰਾਤ ਖਾਲੀ ਹੋਇਆ ਪਿੰਡ ਦਿਖਾਵਾਂਗੇ ਕੀ ਹੈ ਅਸਲ ਕਹਾਣੀ ਇਸ ਪਿੰਡ ਦੀ ਕੀ ਹੈ ਸਾਰੀ ਗੱਲਬਾਤ ਉਹ ਆਪਾਂ ਚੱਲ ਕੇ ਉੱਥੇ ਦੇਖਦੇ ਆ ਤੇ ਨਾਲ-ਨਾਲ ਕਰਦੇ ਆ ਗੱਲਬਾਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚਲੋ ਆਜੋ ਕਰੀਏ ਆਪਾਂ ਵੀਡੀਓ ਨੂੰ ਸ਼ੁਰੂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਸਬਸਕ੍ਰਾਈਬ ਕਰਨਾ ਚੈਨਲ ਨੂੰ ਨਾ ਭੁੱਲਿਓ ਸਮਾਂ ਹੋ ਗਿਆ ਜੀ ਸਵੇਰ ਦੇ 7 ਵਜੇ ਆ ਤੇ ਇੱਥੇ ਰਾਤ ਵਾਈਆਂ ਹੋਰਾਂ ਕੋਲੇ ਆਪਾਂ ਆ ਗਏ ਸੀ ਇੱਥੇ ਪਹਿਲਾਂ ਚਾਹ ਪੀ ਕੇ ਗਏ ਸੀ ਅਸਲ ਜਵਾਈ ਕੋਲੇ ਤੇ ਫਿਰ ਗੱਲਬਾਤਾਂ ਵਧੀਆ ਹੋਈਆਂ ਤੇ ਇੱਥੇ ਰੁਕਿਆ ਜੈਸਨ ਵੀਰ ਤੋਂ ਤਕਰੀਬਨ ਹਜੇ 2.5 ਕਿਲੋਮੀਟਰ ਵਾਰੇ ਆ ਇਹ ਸੜਕ ਜਿਹੜੀ ਸਿੱਧੀ ਲੈ ਜੂਗੀ ਆਪਾਂ ਨੂੰ ਸैम ਡੇਜ਼ਰਟ ਨੂੰ ਸैम ਡੇਜ਼ਰਟ ਵੀ ਦੇਖਣ ਵਾਲੀ ਚੀਜ਼ ਹੈਗੀ ਰਾਜਸਥਾਨ ਦੇ ਵਿੱਚ ਜਿਹੜੀ ਟਿੱਬਿਆਂ ਦੇ ਉੱਤੇ ਢਿੱਲਿਆਂ ਦੇ ਉੱਤੇ ਸਫਾਰੀ ਹੁੰਦੀ ਹੈ ਨਾ ਗੱਡਿਆਂ ਗੁੱਡੀਆਂ ਦੀ ਕੈਮਲ ਸਫਾਰੀ ਤੇ ਫਿਰ ਉੱਥੇ ਟੈਂਟ ਟੁੰਟ ਲੱਗੇ ਹੁੰਦੇ ਆਗੇ ਉਹ ਵੀ ਦੇਖਣ ਵਾਲੀ ਚੀਜ਼ ਹੈਗੀ ਤੇ ਇੱਥੇ ਜਿਹੜਾ ਇਹ ਮੁਰਦਾਗਾ ਆਸੂਤਾਰਨੂ ਰੋਡ ਮੁਰਦਾ ਜਿਹੜਾ ਇੱਥੇ ਇਹ ਨਾ ਵਜਦਾ ਢਾਬਾਗਾ ਆਯੋਜਨੂਰ ਤੇ ਇੱਥੇ ਫੇਰਾ ਪਹਲਾਇਆ ਸੀ ਟੈਂਟ ਪਹਿਲੀ ਵਾਰ ਅੱਜ ਟੈਂਟਰ ਲੱਗ ਗਿਆਗਾ ਪਹਿਲੀ ਰਾਤ ਸੀ ਟੈਂਟ ਦੇ ਵਿੱਚ ਤੇ ਹੁਣ ਸਿਕੰਦਰ ਬੰਨੀ ਜਾ ਰਿਹਾ ਹੁਣ ਪਰਣਾ ਸਿਰ ਤੇ ਜਾ ਮਿਲ ਚੁਕਿਆ ਇਹਨੂੰ ਹਾਂਜੀ ਕਿਵੇਂ ਰਹੀ ਰਾਤ ਪਹਿਲੀ ਰਾਤ ਦਾ ਟੈਟਰ ਦੀ ਬਹੁਤ ਠੰਡ ਸੀ ਬਾਈ ਬਹੁਤ ਠੰਡ ਸੀ ਉਹ ਤਾਂ ਆਪਣੇ ਕੋ ਲਾਰਜਾਈਆਂ ਹੈਗੀਆਂ ਨੇ ਪਰ ਅਸਲ ਚ ਇਹ ਕਿਨੂੰ ਹੀ ਲੱਗਦੀ ਰਹਿੰਦੀ ਹੈ ਗਰਮੀ ਤਾਂ ਇਹ ਨਹੀਂ ਕਰਕੇ ਇਹਦੇ ਵਿੱਚ ਨਾ ਜਾਲੀ ਆ ਗਈ ਤੇ ਇਹ ਜਾਲੀ ਇਹਨੇ ਉਹ ਕਰਾਤੀ ਸੀ ਕਹਿੰਦਾ ਜਾਲੀ ਵਿੱਚ ਦੀ ਹਵਾ ਜਾਈ ਜੇ ਉਹ ਉੱਤੋਂ ਖੁੱਲਾ ਰੱਖਾ ਤਾਂ ਜੇ ਲਵਾਉਂਦਾ ਫੇਰ ਠੀਕ ਰਹਿੰਦਾ ਮਸੂਮ ਬੜੀ ਬੜੀ ਠੰਡ ਆਈ ਜਾਵੇ ਨਾ ਫਿਰ ਬੰਦਾ ਸੁੱਤਾ ਰਹਿੰਦਾ ਬੰਦੇ ਦੇ ਪਾਸੇ ਲਈ ਜਾਂਦਾ ਪਾਸੇ ਹੀ ਲਈ ਜਾਂਦਾ ਬਾਲਾ ਗੁੜੀ ਨੀਂਦ ਵੀ ਨਹੀਂ ਸੌਂਦਾ ਮੋਟਰਹਾਈਕਲ ਇੱਧਰ ਖੜਿਆ ਚਲੋ ਹਾਂਜੀ ਜਦੋਂ ਜੈਸਲਮੇਰ ਤੋਂ ਤੁਸੀਂ ਜਿਹੜਾ ਸਾਮਾ ਜਾਨਕੀ ਜਿਹੜਾ ਸਮ ਡੈਜ਼ਰਟ ਨੂੰ ਜਾਣੇ ਹੋ ਸਿੱਧੇ ਰਾਹ ਦੇ ਉੱਤੇ ਇੱਥੇ ਕਿਹੇ ਗ੍ਰੈਡ ਬਣਿਆ ਹੋਇਆ ਹੈ ਗ੍ਰੈਡ ਦੇ ਨਾਲ ਹੀ ਕੁਲਦਰਾ ਵਿਲੇਜ ਨੂੰ ਜਿਹੜੀ ਕੁਲਦਰਾ ਪਿੰਡ ਨੂੰ ਸੜਕ ਮੁੜਦੀ ਹੈ ਇੱਥੇ ਗੂਗਲ ਮੈਪ ਤੇ ਨਾ ਤੁਹਾਨੂੰ ਕਈ ਕੁਲਦਰਾ ਪਿੰਡ ਦੇਖ ਜਾਣਗੇ ਕਿਉਂਕਿ ਇਹ ਚੱਕਰ ਕੀ ਹੈਗਾ ਜਿਹੜੇ ਬਾਈਆਂ ਕੋਲੇ ਆਪਾਂ ਰੁਕੇ ਸੀ ਉਹਨਾਂ ਨੇ ਆਪਾਂ ਨੂੰ ਸਾਰੀ ਗੱਲ ਦੱਸੀ ਆ ਵੀ ਜਿਹੜਾ ਵੀ ਪਿੰਡ ਉੱਜੜ ਜੇ ਜਾਂਦਾ ਉਹਨੂੰ ਹੀ ਇੱਥੇ ਕੁਲਦਰਾ ਬਣਾ ਦਿੰਦੇ ਆ ਕਿ ਜਿਵੇਂ ਪਰਾਂ ਨੂੰ ਵੀ ਇੱਕ ਲੋਕੇਸ਼ਨ ਦਿਖਾ ਰਿਹਾ ਉਹਨਾਂ ਨੇ ਵੀ ਉੱਥੇ ਗੂਗਲ ਮੈਪ ਤੇ ਬਣਾ ਕੇ ਆਪਦਾ ਪਿੰਡ ਵਾਲਾ ਟਿਕਟਾ ਡੁਕਟਾ ਲਈ ਜਾਂਦੇ ਆ ਪਰ ਅਸਲ ਇਹ ਪਿੰਡ ਕੁਲਦਰਾ ਵਿਲੇਜ ਆ ਜਿਹਨੂੰ ਹੈਰੀਟੇਜ ਦਾ ਵੀ ਆਪਣਾ ਦਰਜਾ ਦੇ ਦਿੱਤਾ ਗਿਆ ਇਹ ਸੜਕ ਮੁੜਦੀ ਆ ਇੱਥੋਂ ਪਾਵਰ ਹਾਊਸ ਤੋਂ ਇੱਕ ਵਾਰੀ ਫਿਰ ਦੱਸਦਾ ਇਹ ਜਿਹੜੀ ਸਿੱਧੀ ਸੜਕ ਵਗ ਜੂਗੀ ਜੈਸਲ ਮੀਰ ਤੋਂ ਸਾਹਮਣੂ ਹੀ ਜਾਂਦੀ ਆ ਸਾਮ ਡੇਜ਼ਰਟ ਜਿਹਨੂੰ ਕਿਸੇ ਸਾਮ ਡੇਜ਼ਰਟ ਕਹਿੰਦੇ ਆ ਪਰ ਅਸਲ ਜੋ ਸਾਮ ਆ ਉਹਦਾ ਨਾਂ ਇੱਥੇ ਜੇ ਤੁਸੀਂ ਕੁਲਦਰਾ ਦੇ ਅੱਗੇ ਆ ਜਿਓ ਨਾ ਸਾਹਮਣੇ ਸੋਨੂੰ ਉੱਥੇ ਉਹ ਕੁਲਦਰਾ ਦਾ ਜਿਹੜਾ ਗੇਟ ਦਿਖ ਰਿਹਾ ਆ ਪਾਣੀ ਵਾਲੀ ਟੈਂਕੀ ਜੀ ਆ ਇਹ ਜੇ ਇੱਧਰ ਮੁੜ ਜਾਂਦੀ ਆ ਸੜਕ ਤੇ ਇੱਥੇ ਇਹ ਲਿਖਿਆ ਹੋਇਆ ਕੁਲਦਰਾ ਐਂਡ ਆਰਕੀਓਲੋਜੀਕਲ ਸਾਈਟ ਆ ਇਹ ਇੱਥੇ ਲਿਖਿਆ ਹੋਇਆ ਵੱਡਾ ਬੋਰਡ ਲੱਗਿਆ ਹੋਇਆ ਪੂਤ ਪੂਤ ਥਾਂ ਥਾਂ ਤੇ ਲਿਖਿਆ ਹੋਇਆ ਤੇ ਇੱਧਰ ਚੱਲ ਜਾਂਦਾ ਸਾਹਮਣੇ ਖਾਬਾ ਫੋਟ ਰਾਤੇ ਰਾਤ 84 ਪਿੰਡ ਖਾਲੀ ਹੋ ਗਏ ਸੀਗੇ ਗਾਇਬ ਹੋ ਗਏ ਸੀ ਲੋਕ ਇੱਥੇ ਸਵੇਰੇ ਆ ਕੇ ਲੱਭਿਆ ਤਾਂ ਕੋਈ ਨਹੀਂ ਸੀਗਾ ਕਿਉਂ ਹੋਏ ਸੀ ਕੀ ਸੀ ਉਹ ਗੱਲ ਹਨਾ ਕਿਵੇਂ ਕੀ ਸਾਰੀ ਕਹਾਣੀ ਵਾਪਰੀ ਉੱਤਰੀ ਗਿਆਪਾਕਿਓ ਅੰਦਰ ਜਲ ਕੇ ਦੇਖ ਜਿਆ ਤੇ ਨਾਲ ਨਾਲ ਆਪਾ ਤੁਹਾਨੂੰ ਇਹ ਗੱਲ ਬਾਰੇ ਦੱਸ ਜਗੇ ਵੀ ਕੀ ਗੱਲ ਆ ਫਿਰ ਇਹ ਤੋਂ ਬਾਅਦ ਇਹਨੂੰ ਸ਼ਰਾਪ ਮਿਲ ਗਿਆ ਸੀ ਇਸ ਜਗ੍ਹਾ ਨੂੰ ਵੀ ਇੱਥੇ ਵੀ ਕੋਈ ਨਹੀਂ ਬਸ ਪਾਉਗਾ ਤੇ ਬਸ ਵੀ ਨਹੀਂ ਪਾਇਆ ਕੋਈ ਤੇ ਇੱਥੇ ਆਹ ਨਾ ਇਹਨਾਂ ਨੇ ਕੁਲਤਰਾ ਬਾਰੇ ਲਿਖਿਆ ਵੈ ਕਿ ਜਿਹੜਾ ਇਹ ਬ੍ਰਾਹਮਣਾ ਦਾ ਪਿੰਡ ਸੀਗਾ ਇਹਨਾਂ ਨੇ ਜਿਹੜੇ ਆਸ-ਪਾਸ ਦੇ 84 ਪਿੰਡ ਆ ਉਹ ਵਸਾਏ ਸੀ ਤੇ ਰਾਤ ਕਾਲ ਪੈ ਗਿਆ ਤੇ ਭੁਕੰਪ ਆ ਗਿਆ ਤੇ ਰਾਤ ਰਤ ਖਾਲੀ ਛੜਦਾ ਪਰ ਅਸਲ ਚ ਇਹ ਸੱਚ ਨਹੀਂ ਹੈ ਤੇ ਇਧਰ ਨਾ ਆਹ ਜੂਰਾਸਿਕ ਕੈਕਟਸ ਪਾਰਕ ਬਣਿਆ ਹੋਇਆਗਾ ਇਹ ਕੈਕਟਸ ਪਾਰਕ ਦੇ ਵਿੱਚ ਵੀ ਚੀਜ਼ਾਂ ਕਈ ਦੇਖਣ ਵਾਲੀਆਂ ਤੇ ਨੋਟ ਕਰਨ ਵਾਲੀਆਂ ਚੀਜ਼ਾਂ ਨੇ ਚਾਰੇ ਪਾਸੇ ਮਤਲਬ ਆਸੇ ਪਾਸੇ ਹੋਰ ਤੁਹਾਨੂੰ ਇਸ ਸ਼ਹਿਰ ਦੇ ਬਹੁਤਾ ਜ਼ਿਆਦਾ ਕੈਕਟਸ ਨਹੀਂ ਮਿਲਦਾ ਪਰ ਇੱਥੇ ਜਦੋਂ ਤੁਸੀਂ ਆ ਜਾਨੇ ਹੋ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਹੋਣਾ ਇਹਦੇ ਇਹਦੇ ਪੱਤੇ ਚੌੜੇ ਜਿਹੇ ਹਨਾ ਇਹ ਚੌੜੇ ਪੱਤੇਆਂ ਵਾਲਾ ਕੈਕਟਸ ਜਾ ਗਿਆ ਤੇ ਆ ਦੇਖ ਲਓ ਇਹ ਟਾਈਪ ਜਮੇਂ ਚੇਂਜ ਹੋ ਗਈ ਕੈਕਟਸ ਇਹ ਚਾਰੇ ਪਾਸੇ ਤੁਹਾਨੂੰ ਕੈਕਟਸ ਆ ਤੇ ਅੱਗੇ ਚੱਲਦੇ ਆਪਾਂ ਹੋਰ ਕਈ ਪ੍ਰਜਾਤੀਆਂ ਦੇ ਕੈਕਟਸ ਦੇ ਬੂਟੇ ਇੱਥੇ ਲੱਗੇ ਹੋਏ ਆ ਤੇ ਆ ਗਿਆ ਜਿਵੇਂ ਤੇ ਇਧਰ ਇੱਕ ਸੁਣ ਚੀਜ਼ ਦਿਖਾਉਣ ਲੱਗੇ ਚੱਲ ਕੇ ਉਹ ਵੀ ਸ਼ਾਇਦ ਇੱਥੇ ਕੋਈ ਹੋਊਗੀ ਪ੍ਰਾਣੀ ਚੀਜ਼ ਦੇ ਹਿਸਾਬ ਨਾਲ ਹੀ ਰੱਖਿਆ ਹੋਇਆਗਾ ਜਦੋਂ ਦਾ ਇਹ ਪਿੰਡ ਉਜੜਿਆ ਗਿਆ ਬਿਆਵਾਂ ਨੂੰ ਫਿਰ ਤੇ ਆਹ ਕੈਕਟਸ ਇੱਕ ਲੱਗਿਆ ਹੋਇਆ ਤੇ ਆਹ ਸਾਹਮਣੇ ਚੱਲ ਕੇ ਨਾ ਆ ਇੱਕ ਕੈਕਟਸ ਦਾ ਬੂਟਾ ਲਾਇਆ ਹੋਇਆ ਹੁਣ ਇਹਦਾ ਕਾਰਨ ਕੀ ਆ ਉਦੋਂ ਦਾ ਕੋਈ ਆ ਇਹ ਵੀ ਜਿਹੜੇ ਹਿਸਾਬ ਨਾਲ ਇਹਨੂੰ ਬਚਾਲੇ ਰੱਖਿਆ ਹੋਇਆ ਤੇ ਇਹਦੇ ਚਾਰੇ ਪਾਸੇ ਬੁਰਜੀਆਂ ਨੂੰ ਰਾਹ ਜਾਂਦਾ ਜਿਵੇਂ ਇੱਕ ਤਾਂ ਉਹ ਬੁਰਜੀ ਆ ਗਈ ਇੱਕ ਉਹ ਦਰਬਣੀ ہوئی ਆ ਉਹ ਦਰ ਵੀ ਆ ਉਹ ਸਾਹਮਣੇ ਆ ਗਈ ਇਧਰ ਵੀ ਆ ਤੇ ਇੱਕ ਇਧਰ ਆ ਪਾਣੀ ਦੇ ਤਲਾ ਦੇ ਵਿੱਚ ਬਣੀ ਸੀ ਚਾਰੇ ਪਾਸੇ ਇਹ ਜੋ ਬੁਰਜੀਆਂ ਬਣੀਆਂ ਹੋਈਆਂ ਨੇ ਤੇ ਇਸੇ پارک ਦੇ ਵਿੱਚ ਜਿੱਥੇ ਤੱਕ ਤੁਹਾਡੀ ਨਿਗਾਹ ਜਾਊਗੀ ਤੁਹਾਨੂੰ ਕੈਕਟਸ ਦੇ ਬੂਟੇ ਦਿਖਣਗੇ ਜਿਵੇਂ ਆ ਫੇਰ ਕੈਕਟਸ ਆ ਗਿਆ ਇਧਰ ਵੀ ਕੈਕਟਸ ਆ ਸਾਰੇ ਪਾਸੇ ਜਿਹੜੇ ਇਹ ਕੈਕਟਸ ਯਾਨੀ ਕਿ ਜਿਹੜੇ ਕੰਡਿਆਂ ਵਾਲੇ ਬੂਟੇ ਹੁੰਦੇ ਨੇ ਰੇਗਿਸਤਾਨ ਦੇ ਆਪਾਂ ਦੇਖਦੇ ਹੁੰਦੇ ਆ ਆਪਣੇ ਘਰਾਂ 'ਚ ਵੀ ਛੋਟੇ-ਛੋਟੇ ਗਮਲੇ 'ਚ ਰੱਖੇ ਹੁੰਦੇ ਆ ਹੱਥ ਪਾਲੀਏ ਤਾਂ ਧੂਆਂ ਘਟ ਦੇਣਗੇ ਹੱਥਾਂ ਦੇ ਕੰਡੇ ਵੀ ਇੰਨੇ ਜ਼ਹਿਰ ਵਾਲੇ ਹੁੰਦੇ ਆ ਇਹਨਾਂ ਦੇ ਟਾਈਮ ਲਗਭਗ ਹੋ ਗਿਆ ਆਪਣੇ 10:30 ਵਜੇ ਤੇ ਹਜੇ ਇੰਨੇ ਕੁ ਟੂਰਿਸਟ ਇੱਥੇ ਪਹੁੰਚਿਆਗੇ ਸਭ ਬਹੁਤ ਜ਼ਿਆਦਾ ਟੂਰਿਸਟ ਜੀ ਇੱਥੇ ਜਿਹੜੀਆਂ ਜੋ ਪਰਪਤਾ ਜੈਸਲਮੇਰ ਸਭ ਤੋਂ ਵੱਧ ਟੂਰਿਸਟ ਆਉਂਦਾਗਾ ਤੇ ਇੱਥੇ ਸਾਰੇ ਟੂਰਿਸਟ ਆਲਮੋਸਟ ਆ ਕੇ ਹੀ ਜਾਂਦੇ ਹੈਗੇ ਜਿੰਨੇ ਵੀ ਟੂਰਿਸਟ ਹੁੰਦੇ ਆ ਗੁਜਰਾਤ ਹਰਿਆਣਾ ਰਾਜਸਥਾਨ ਗੱਡੀਆਂ ਦਿੱਲੀ ਨੰਬਰ ਖੜੀਆਂ ਮਿਲਣਗੀਆਂ ਤੇ ਇੱਕ ਗੱਲ ਹੋਰ ਕੀ ਇੱਥੇ ਜੇ ਤੁਸੀਂ ਆਏਗੇ ਨਾ ਇੱਕ ਚੀਜ਼ ਦੇਖੇਗੇ ਉਹ ਗੁਜਰਾਤ ਨੰਬਰ ਦੀ ਗੱਡੀ ਸਾਨੂੰ ਬਹੁਤ ਮਿਲੂਗੀ ਤੇ ਇਧਰ ਉਹ ਪਿੰਡ ਹੈਗਾ ਕੁਲਤਾਰਾ ਜਿਹਦੇ ਬਾਰੇ ਕਿਹਾ ਜਾਂਦਾ ਵੀ ਰਾਤ ਤੇ ਰਾਤ ਉਜੜਿਆ ਇਹ ਪਿੰਡ ਹੁਣ ਆਪਾਂ ਪਿੰਡ ਦੇ ਵਿੱਚ ਚੱਲ ਕੇ ਪਿੰਡ ਦਾ ਮਾਹੌਲ ਦੇਖਦੇ ਆ ਉਮੀ ਪਿਆ ਸਾਰਾ ਕੁਝ ਰਜੇ ਵੀ ਇੱਥੇ ਇਸ ਉਜੜੇ ਹੋਏ ਪਿੰਡ ਦੀ ਇਸ ਭੂਤਾਂ ਵਾਲੇ ਪਿੰਡ ਦੀ ਇਸ ਐਂਟਰੀ ਦੇ ਉੱਪਰ ਇੱਧਰ ਮੰਦਰ ਹੈਗਾ ਤੇ ਇਹ ਇੱਧਰ ਸਾਹਮਣੇ ਇੱਕ ਘਰ ਜਾਂ ਬਣਾਇਆ ਹੋਇਆ ਇਹ ਦੋ ਤਿੰਨ ਚੀਜ਼ਾਂ ਹੀ ਆ ਜਿਹੜੀਆਂ ਇੱਥੇ ਸਰਕਾਰ ਵੱਲੋਂ ਰੈਨੋਵੇਟ ਕੀਤੀਆਂ ਹੋਈਆਂ ਇੱਧਰ ਵੀ ਜਿਵੇਂ ਆਪਣੇ ਮਿੱਟੀ ਫੇਰਦੇ ਹੁੰਦੇ ਸੀ ਨਾ ਪਹਿਲਾਂ ਵੇੜਿਆਂ 'ਚ ਜਾਂ ਕੰਦਾਂ 'ਚ ਕੱਤੇ ਹੁੰਦੇ ਸੀ ਜਦੋਂ ਉਵੇਂ ਬਸ ਕੱਲੀ ਮਿੱਟੀ ਫੇਰ ਕੇ ਰੱਖੀ ਹੋਈ ਆ ਬਾਕੀ ਜਿਹੜਾ ਸਾਰਾ ਪਿੰਡ ਆ ਜਿਵੇਂ ਉਹ ਸਾਹਮਣੇ ਦੇਖ ਰਹਿਣਾ ਹੁਣ ਅੱਗੇ ਚੱਲ ਕੇ ਆਪਾਂ ਤੁਹਾਨੂੰ ਉਹ ਪਿੰਡ ਵੀ ਦਿਖਾਉਨੇ ਆ ਉਵੇਂ ਹੀ ਸਾਰਾ ਜਿਹੜਾ ਇਹ ਪਿੰਡ ਉਹ ਜਿਹੜਾ ਹੈ ਤੇ ਇੱਧਰ ਇਸ ਪਿੰਡ ਦਾ ਮੰਦਿਰ ਹੈਗਾ ਜਿਹਨੂੰ ਹੁਣ ਥੋੜਾ ਬਹੁਤਾ ਰੀਨੋਵੇਟ ਕੀਤਾ ਗਿਆ ਪਰ ਕਹਿੰਦੇ ਇਹੇ ਬਚ ਗਿਆ ਸੀ ਬਾਕੀ ਸਾਰੇ ਜਿਹੜੇ ਪਿੰਡ ਦਾ ਹਾਲ ਹੈਗਾ ਉਹ ਜਿਵੇਂ ਆ ਸਾਹਮਣੇ ਘਰ ਦੇਖ ਰਹੇ ਹੋ ਐ ਹੋ ਗਿਆ ਸੀਗਾ ਟੂਰਿਸਟ ਲਈ ਵਸ ਸਭ ਤੋਂ ਵੱਡਾ ਅਟਰੈਕਸ਼ਨ ਇੱਥੇ ਹੈ ਕਿਉਂਕਿ ਉੱਥੇ ਜਿਵੇਂ ਉਹ ਸਾਹਮਣੇ ਫੋਟੋ ਵਗੈਰਾ ਕਰਾਈ ਜਾਂਦੇ ਆ ਇੱਥੇ ਫਿਰ ਇਹ ਜਾਲੀ ਦਾ ਜੁਲੀਆ ਰਾਜਸਤਾਨੀ ਉਹ ਡਿਜ਼ਾਈਨ ਇੱਥੇ ਵਧੀਆ ਫੋਟੋ ਤੇ ਉਹੀ ਇੱਥੇ ਵੀ ਇਹਨਾਂ ਨੇ 골ਡਨ ਸਿਟੀ ਦਾ ਜਿਵੇਂ ਝਾਕਾ ਜਾ ਪਾਉਣ ਦੀ ਕੋਸ਼ਿਸ਼ ਕੀਤੀ ਪੀਲੇ ਪੱਥਰ ਉਹਨਾਂ ਨੇ ਰੀਨੋਵੇਟ ਕੀਤਾ ਹੋਇਆ ਆ ਜਿਹੜਾ ਸਾਰਾ ਹੈਗਾ ਇਹ ਸਾਰਾ ਆਰਟੀਫੀਸ਼ੀਅਲ ਆ ਇਹ ਅਸਲੀ ਪਿੰਡ ਨਹੀਂ ਆ ਉਹ ਪ੍ਰਾਤਨ ਪਿੰਡ ਨਹੀਂ ਆ ਪ੍ਰਾਤਨ ਪਿੰਡ ਇੱਧਰ ਸ਼ੁਰੂ ਹੁੰਦਾ ਜਾਂ ਦੂਜੇ ਪਾਸੇ ਆ ਆਪਾਂ ਉਹ ਤੁਹਾਨੂੰ ਦਿਖਾਉਣਾ ਤੇ ਨਾਲ ਹੀ ਆਪਾਂ ਸਾਰੀ ਇਸ ਪਿੰਡ ਦੀ ਕਹਾਣੀ ਨੂੰ ਜਾਣਦੇ ਆ ਕੀ ਸੀ ਇਹ ਕਹਾਣੀ ਤੇ ਹਾਂ ਹਾਂ ਇੱਧਰ ਇਹ ਸਾਰਾ ਸਰਕਾਰ ਵੱਲੋਂ ਨਵਾਂ ਬਣਾਇਆ ਗਿਆ ਇੱਕ ਗੱਲ ਹੋਰ ਯਾਰ ਆ ਪੱਥਰ ਦੇਖ ਲਓ ਹਨਾ ਜਿਵੇਂ ਆਪਣੇ ਬ੍ਰਿਕਸ ਵੱਡੀਆਂ ਇੱਟਾਂ ਕੋਈ ਸੀਮੈਂਟ ਨਹੀਂ ਲੱਗਿਆ ਇਹਨੂੰ ਕੁਝ ਗਾਰਾ ਨਹੀਂ ਲੱਗਿਆ ਇਹ ਵਸ ਇਹਦੇ ਨਾਲ ਖੜਾ ਆਇਆ ਹੋਇਆ ਆ ਫਸਾ ਫਸਾ ਕੇ ਉੱਚਾ ਨੀਵੇਂ ਲੈਵਲ ਜਾ ਕਰਕੇ ਇਹਦੇ ਨਾਲ ਖੜਾ ਕੀ ਉੱਤੇ ਇਹਨਾਂ ਨੇ ਛੱਤ ਪਾਤੀ ਇਹ ਚਲੋ ਪਿੰਡ ਦੇ ਬਾਰੇ ਤਾਂ ਨਹੀਂ ਪਰ ਇਹ ਨਵੀਂ ਬਣੀ ਹੋਈ ਚੀਜ਼ ਆ ਕੇ ਉੱਧਾ ਤਾਂ ਤੇ ਜਿਵੇਂ ਉਹ ਥੱਲੇ ਕੋਈ ਰੋਈ ਰੋਈ ਇੱਥੇ ਤਿਆਰ ਹੋ ਰਿਹਾ ਹਜੇ ਇਹ ਕਿਉਂਕਿ ਟੂਰਿਸਟ ਇੱਥੇ ਬਦ ਦਿਨ ਪਰ ਦਿਨ ਵੱਧਦਾ ਜਾਂਦਾ 2013 ਦੇ ਵਿੱਚ ਇਹਨੂੰ ਹੰਟਡ ਹਾਊਸ ਦਾ ਜਿਹੜਾ ਕਰਾਰ ਦਿੱਤਾ ਗਿਆ ਸੀ ਵੀ 2013 ਚ ਇੱਕ ਟੀਮ ਜੀ ਆਈ ਸੀ ਜਿਵੇਂ ਆਪਾਂ ਫਿਲਮਾਂ ਵਗੈਰਾ ਚ ਦੇਖਦੇ ਆ ਕੈਮਰੇ ਵਗੈਰਾ ਲਾ ਕੇ ਰੱਖਦੇ ਆ ਕਿ ਉਵੇਂ ਇਹਨਾਂ ਨੇ ਇੱਥੇ ਦੇਖਿਆ ਤੇ ਤਵਾਦ ਫਿਰ ਇਹਨੂੰ ਹੈਰੀਟੇਜ ਘੋਸ਼ਿਤ ਕਰ ਦਿੱਤਾ ਗਿਆ ਅਸੀਂ ਆ ਤਾਂ ਹੁਣ ਦਰਵਾਜ਼ੇ ਦਰੂਜੇ ਨਵੇਂ ਲੱਗੇ ਹੋਏ ਤੇ ਆਹਾ ਹੈਗਾ ਮੰਦਰ ਮੰਦਰ ਦੇ ਇੱਕ ਉੱਪਰ स्टैंड ਤੇ ਇਹ ਅੰਦਰ ਜਾਂਦਾ ਹੈਗਾ ਤੇ ਇੱਥੇ ਇਹ ਸਾਰਾ ਭੂਮੀ ਪ੍ਰਾਣਾ ਥੋੜਾ ਬਹੁਤਾ ਇਹਨਾਂ ਨੇ ਰੀਨੋਵੇਟ ਕੀਤਾ ਤਾਂ ਕਿ ਇਹਨੂੰ ਮੇਰੇ ਰੱਖ ਲਈ ਤੇ ਆ ਸਾਰੇ ਜਿਹੜੇ ਪਿੱਲਰ ਵਗੈਰਾ ਗੇ ਇਹ ਉਸੇ ਟਾਈਮ ਦੇ ਆਏ ਇਹ ਮੰਦਰ ਦੇ ਥੱਲੇ ਜਿਵੇਂ ਅਸੀਂ ਛਿਟਕੰਡੀ ਵਗੈਰਾ ਕੁਝ ਕਹਿੰਦੇ ਜਿਸੇ ਇਹਨੂੰ ਤੇ ਜਿਹੜਾ ਆਹ ਤੁਸੀਂ ਇੱਥੇ ਬੇੜ ਦੇਖ ਜਾਣਾ ਬਡਾਰਾ ਬੇੜਾ ਜਿਆ ਜਾਨੀ ਕਿ ਖੁੱਲਾ ਗਰਾਊਂਡ ਜਾ ਇੱਥੇ ਪੰਚਾਇਤ ਲੱਗਦੀ ਹੁੰਦੀ ਸੀ ਤੇ ਉੱਥੇ ਬਹਿ ਕੇ ਫਿਰ ਜਿਹੜੇ ਪੰਚਾਇਤ ਦੇ ਉਹ ਹੁੰਦੇ ਸੀ ਪੰਚਾਇਤ ਹੁੰਦੀ ਸੀ ਉੱਥੇ ਬਹਿ ਕੇ ਫਿਰ ਜਿਹੜਾ ਕੋਈ ਰੌਲਾ ਬਗੜਾ ਹੁੰਦਾ ਸੀ ਉਹ ਸਾਰਾ ਇੱਥੇ ਮੰਦਰ ਦੇ ਬਿਲਕੁਲ ਸਾਹਮਣੇ ਨਿਮੇੜਿਆ ਜਾਂਦਾ ਸੀ ਇੱਥੇ ਪੰਚਾਇਤ ਲੱਗਦੀ ਸੀ ਇਸ ਉਜੜੇ ਹੋਏ ਪਿੰਡ ਦੀ ਇਹ ਆ ਗਿਆ ਉਹ ਸਾਰਾ ਪਿੰਡ ਇਹ ਪਿੰਡ ਦਾ ਹੁਣ ਦਾ ਮਾਹੌਲ ਹੈ ਉਹ ਉਜੜਿਆ ਪਿਆ ਸਾਰੇ ਛੱਤਾਂ ਛੱਤਾਂ ਘਰ-ਕੁਰ ਟਹਿ ਗਏ ਆਉ ਜਿਵੇਂ ਗੱਡਾ ਖੜਾਗਾ ਇਹਨੂੰ ਉੱਦਾਂ ਤਾਂ ਹੁਣ ਇਹਦੇ ਵਿੱਚ ਰੱਖਿਆ ਗਿਆਗਾ ਉਸੇ ਟਾਈਮ ਦਾ ਇਹ ਅਨ ਇਹ ਇੱਥੇ ਛੱਡ ਛੱਡਾ ਕੇ ਤੁਰ ਗਏ ਇੱਥੇ ਰਹਿ ਗਿਆ ਇਹ ਵੀ ਵਸ ਉਹਦੇ ਦਾ ਇੱਥੇ ਖੜਾ ਗਿਆ ਇਹ ਕਿੰਨੇ ਸੌ ਸਾਲ ਗੁਜ਼ਰ ਗਏ ਨੂੰ ਹਨਾ ਆ ਵੀ ਕਿਸੇ ਦਾ ਘਰ ਇਹ ਘਰ ਚਲੋ ਇਹ ਤਾਂ ਹੁਣ ਮਾੜਾ ਮੋਟਾ ਇਹਨੂੰ ਇੱਕ ਅੱਧਾ ਘਰ ਇਹਨਾਂ ਨੇ ਆ ਬਣਾਤਾ ਵੀ ਟੂਰਿਸਟ ਆਉਂਦੇ ਰਹਿਣ ਇੱਥੇ ਪਰ ਇਹ ਰਾਤ ਨੂੰ ਜਿਹੜਾ ਹੋਇਆ ਮਤਲਬ ਇੱਕ ਰਾਤ ਦੇ ਵਿੱਚ 84 ਪਿੰਡ ਖਾਦਲੀ ਹੋ ਗਏ ਕੋਈ ਉਗ ਸੁਗ ਨਹੀਂ ਅਸਲ ਦੇ ਵਿੱਚ ਜਿਹੜੀ ਇਹ ਕਹਾਣੀ ਹੈਗੀ ਚਲੋ ਹੁਣ ਮੈਂ ਦੱਸਦਾ ਇਹ ਤਾਂ ਕਲਪਨਿਕ ਜਿਹੜੀ ਬਣਾਈਆਂ ਹੋਈਆਂ ਇਸ ਜਗ੍ਹਾ ਲਈ ਗੱਲਾਂ ਸੀ ਵੀ ਇੱਥੇ ਲੋਕ ਐਦਾਂ ਰਾਤ ਤੇ ਰਾਤ ਲੋਕ ਗਾਇਬ ਹੋ ਗਏ ਕੋਈ ਪਤਾ ਨਹੀਂ ਲੱਗਿਆ ਅਸਲ ਦੇ ਵਿੱਚ ਕੀ ਸੀ ਕਿ ਜਿਹੜਾ ਇੱਥੇ ਦਾ ਰਾਜਾ ਸੀ ਨਾ ਉਹਦਾ ਇੱਕ ਦੀਵਾਨ ਹੁੰਦਾ ਸੀ ਤੇ ਇੱਥੇ ਮਤਲਬ ਇਸ ਪਿੰਡ ਦੀ ਇੱਕ ਕੁੜੀ ਸੀ ਬ੍ਰਾਹਮਣ ਦੀ ਉਸ ਜਿਹੜੀ ਕੁੜੀ ਨੂੰ ਉਹਨੇ ਖੂਹ ਤੇ ਪਾਣੀ ਭਰਦੇ ਨੂੰ ਦੇਖਿਆ ਤੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਭਾਈ ਮੈਂ ਤੇਰੇ ਨਾਲ ਵਿਆਹ ਕਰਾਉਣਾਗਾ ਉਹਨੂੰ ਪਸੰਦ ਆ ਗਈ ਤੇ ਇਸ ਤੋਂ ਬਾਅਦ ਉਹ ਕੁੜੀ ਨੇ ਕਹਿਤਾ ਵੀ ਮੇਰੇ ਹੱਥ 'ਚ ਕੁਝ ਨਹੀਂ ਆ ਤੂੰ ਜਾ ਕੇ ਮੇਰੇ ਘਰ ਦੇ ਨਾਲ ਗੱਲ ਕਰ ਜੇ ਉਹ ਜਿਵੇਂ ਉਹ ਕਹਿਣਗੇ ਮੈਂ ਉਵੇਂ ਕਰ ਲੂੰ ਤੇ ਇਸ ਤੋਂ ਬਾਅਦ ਉਹਨੇ ਉਹਦੇ ਘਰ ਦੇ ਕੋਲੇ ਵਗ ਗਿਆ ਤੇ ਘਰ ਦੇ ਨੂੰ ਜਾ ਕੇ ਕਹਿੰਦਾ ਤੇ ਫਿਰ ਉਹਨਾਂ ਨੇ ਕਹਿਤਾ ਵੀ ਅਸੀਂ ਤਾਂ ਪਿਓਰ ਬ੍ਰਾਹਮਣ ਆ ਅਸੀਂ ਤਾਂ ਕੋਈ ਮੀਟ ਆਂਡਾ ਕੁਝ ਨਹੀਂ ਖਾਂਦੇ ਹਨ ਤੁਸੀਂ ਤਾਂ ਛੜਦੀ ਕੱਖ ਨਹੀਂ ਸਾਰਾ ਕੁਝ ਚੱਕਦੇ ਹੋ ਉਹਨਾਂ ਨੇ ਦਿੱਤਾ ਜਵਾਬ ਤੇ ਫਿਰ ਉਹਨੇ ਕੀ ਕੀਤਾ ਪਹਿਲਾ ਟੈਕਸ ਟੂਕਸ ਵਧਾਈ ਗਿਆ ਜਾਨੀ ਕਿ ਕਰ ਹੁੰਦਾ ਸੀ ਹੈ ਨਾ ਜਿਵੇਂ ਉਦੋਂ ਤੇ ਉਵੇਂ ਉਹ ਕਰ ਕੋਰ ਵਧਾਈ ਆ ਕਿਸੇ ਦਾ ਉਦੋਂ ਕਰ ਹੁੰਦਾ ਸੀ ਐ ਦੇਖ ਲਓ ਹੁਣ ਐਂ ਰਹਿ ਗਿਆ ਇੱਥੇ ਸਾਰਾ ਕੁਝ ਇੱਥੇ ਛੱਡ ਗਈ ਸੀ ਯਾਰ ਇਹ ਤੇ ਇਹ ਤੋਂ ਬਾਅਦ ਉਹਨੇ ਕਰ ਕੋਰ ਵਧਾਏ ਹੋਰ ਕਈ ਸਕੀਮਾਂ ਜੀਆਂ ਪਾਈਆਂ ਪਰ ਉਹ ਦਬੇ ਨਹੀਂ ਕਿਉਂਕਿ ਤਕੜੇ ਹੁੰਦੇ ਸੀ ਕਮਾਈ ਇਹਨਾਂ ਦੀ ਵਧੀਆ ਹੁੰਦੀ ਸੀ ਹੋਰ ਟਾਈਮਾਂ ਦੇ ਵਿੱਚ ਤੇ ਇਹ ਤੋਂ ਬਾਅਦ ਫਿਰ ਉਹਨੇ ਕਹਿਤਾ ਵੀ ਛੋਡੇ ਤੇ ਮੈਂ ਹਮਲਾ ਕਰਨ ਦੀ ਉਹਨੇ ਧਮਕੀ ਦਿੱਤੀ 4 ਦਿਨ ਦੀ ਨਾਲ ਦੇਤੀ ਮਾਹੌਲ ਤਾਂ ਵੀ ਨਹੀਂ ਇਹ ਤੋਂ ਬਾਅਦ ਮੈਂ ਲਾਮ ਲਸ ਕਰ ਲਊਗਾ ਆਕੇ ਇਸ ਪਿੰਡ ਤੇ ਕਰੂੰਗਾ ਚੜਾਈ ਤੇ ਤੈਸਨੈਸ ਕਰਕੇ ਸਾਰਾ ਕੁਝ ਕਰ ਦੂੰਗਾ ਫੇਰ ਉਹਨਾਂ ਨੇ ਪੰਚਾਇਤ ਸੱਦੀ ਸਾਰੇ ਪਿੰਡਾਂ ਦੀ ਹਨਾ ਸਾਂਝੀ ਪੰਚਾਇਤ ਕਹਿੰਦੇ ਵੀ ਉਹ ਪੰਚਾਇਤ ਨੇ ਕਹਿਤਾ ਸੀ ਨਾਲ-ਨਾਲ ਮੈਂ ਉਸ ਨੂੰ ਪਿੰਡ ਦਿਖਾ ਰਿਹਾ ਚਲੋ ਸਟੋਰੀ ਆਪਣੀ ਚੱਲੀ ਜਾਂਦੀ ਆ ਇਹ ਪਿੰਡ ਦੇ ਘਰ ਆਪ ਹੀ ਦੇਖ ਲਓ ਘਰਾਂ ਘਰਾਂ ਨੂੰ ਤਾਂ ਹੁਣ ਮੈਂ ਕੀ ਐਕਸਪਲੇਨ ਕਰਾਂ ਸਾਰੇ ਢਾਏ ਪਿਆ ਵੀ ਉਹ ਪਿੰਡ ਪੰਚਾਇਤ ਨੇ ਕਹਿਤਾ ਵੀ ਇੱਕ ਤਾਂ ਉਹਦੇ ਵਿੱਚ ਅਲੱਗ-ਅਲੱਗ ਘਰ ਆਏ ਉੱਠੀਆਂ ਉਹਨਾਂ ਨੇ ਕਹਿਤਾ ਵੀ ਆਪਾਂ ਇਹਨਾਂ ਦਾ ਮੁਕਾਬਲਾ ਕਰਦੇ ਆ ਫੇਰ ਉਹ ਕਹਿੰਦੇ ਮੁਕਾਬਲਾ ਤਾਂ ਆਪਾਂ ਕਰ ਲਾਂਗੇ ਕਿੱਥੇ ਤਾਂ ਐਡੀ ਵੱਡੀ ਸੈਨਾ ਤੇ ਕਿੱਥੇ ਆਪਾਂ ਥੋੜੇ ਜੇ ਬੰਦੇ ਵੀ ਆਪਣੇ ਕੋਲ ਤਾਂ ਐਡੀ ਨਾ ਮਾਰੂ ਹਥਿਆਰ ਨੇ ਤੇ ਨਾ ਆਪਣੀ ਕੋਈ ਪ੍ਰੈਕਟਿਸ ਆ ਗਈ ਇਹਨਾਂ ਦੀ ਲੜਾਈ ਲੜੂਈ ਦੀ ਫੇਰ ਉਹ ਕਹਿੰਦੇ ਵੀ ਇੱਕ ਦੂਜਾ ਤਰੀਕਾ ਇਹ ਆ ਵੀ ਆਪਾਂ ਜਿਹੜਾ ਇਹ ਬ੍ਰਾਹਮਣ ਆ ਇਹਦੇ ਸਾਰੇ ਪਰਿਵਾਰ ਨੂੰ ਇੱਥੋਂ ਪਿੰਡ ਤੇ ਉਹ ਭੇਜ ਦਿੰਨੇ ਆਗੇ ਇਹ ਆ ਪੂਤਿਆ ਪਿੰਡ ਦਾ ਦੇਖ ਲਓ ਵਿਚਾਲੇ ਖੜਾ ਹੁਣ ਮੈਂ ਪੂਤਿਆ ਪਿੰਡ ਦੇ ਵੀ ਆਪਾਂ ਇਹਨਾਂ ਨੂੰ ਭੇਜਨੇ ਫੇਰ ਉਹਨਾਂ ਨੇ ਕਹਿਤਾ ਵੀ ਜੇ ਇਹਨਾਂ ਨੂੰ ਆਪਾਂ ਭੇਜਤਾ ਕੱਲਿਆਂ ਨੂੰ ਤਾਂ ਉਹ ਉਹਨੇ ਆਉਣਾ ਸਾਰੇ ਪਿੰਡਾਂ ਦੇ ਪਿੰਡਾਂ ਨੂੰ ਅੱਗ ਲਾ ਕੇ ਤੁਰ ਜੂਤਾਂ ਕਹਿੰਦੇ ਵੀ ਇਹ ਵੀ ਗੱਲ ਨਹੀਂ ਬਣੀ ਫਿਰ ਉਹਨਾਂ ਨੇ ਇੱਕ ਤਰੀਕਾ ਕੱਢਿਆ ਵੀ ਰਾਤੇ ਰਾਤ ਆਪਾਂ ਜੋ ਤੁਹਾਡਾ ਲੋੜੀ ਦਾ ਸਮਾਨ ਹੈ ਗਹਿਣਾ ਗੱਟਾ ਕੱਲਾ ਉਹ ਚੱਕੋ ਪੈਸਾ ਟਕਾ ਉਹ ਚੱਕੋ ਇੱਕ ਰਾਤ ਦੇ ਵਿੱਚ ਆਪਾਂ ਸਾਰੇ ਦਾ ਸਾਰਾ ਪਿੰਡ ਖਾਲੀ ਕਰ ਜਾਾਂਗੇ 84 ਦੇ 84 ਪਿੰਡ ਜਿੰਨੇ ਬ੍ਰਾਹਮਣਾ ਦੇ ਉਹ ਪਿੰਡ ਸੀਗੇ ਇਸ ਤੋਂ ਬਾਅਦ ਫਿਰ ਉਹਨਾਂ ਨੇ ਆਪਦੇ ਬਾਲ ਬੱਚੇ ਚੱਕੇ ਪੈਸਾ ਟਕਾ ਚੱਕਿਆ ਸੋਨਾ ਸੂਨਾ ਕੱਲਾ ਚੱਕਿਆ ਭਾਂਡੇ ਟੀਂਡੇ ਸਾਰਾ ਕੁਝ ਪਸੂ-ਪਸੂ ਇੱਥੇ ਛੱਡ ਗਏ ਕੱਖ ਨਹੀਂ ਵਜਾ ਜਦੋਂ ਪੂਰਨਵਾਸੀ ਦੀ ਰਾਤ ਦਿੱਤੀ ਸੱਚ ਉਹਨੇ ਭਾਈ ਇੱਕ ਗੱਲ ਹੋਰ ਦੱਸਦਾ ਇਹ ਕਹ ਆਸ ਵੀ ਪੂਰਨਵਾਸੀ ਵਾਲੇ ਰਾਤ ਨੂੰ ਮੈਂ ਇੱਥੇ ਹਮਲਾ ਕਰ ਦੂੰਗਾ ਉਹ ਪੂਰਨਵਾਸੀ ਤੋਂ ਫਿਰ ਦੋ ਦਿਨ ਦੋ ਤਿੰਨ ਦਿਨ ਪਹਿਲੇ ਤਿੰਨ ਦਿਨ ਪਹਿਲਾਂ ਨਿਕਲ ਗਏ ਸੀਗੇ ਪੰਚਾਇਤ ਸਦਨ ਤੋਂ ਬਾਅਦ ਜਦੋਂ ਉਹ ਆਇਆ ਉੱਥੇ ਨੇ ਬਥੇਰੇ ਲੱਭਿਆ ਜਦੋਂ ਜਦੋਂ ਰਾਜ ਦਾ ਦਵਾਨ ਆਇਆ ਤਾਂ ਉਹਨੂੰ ਇੱਥੇ ਇੱਕ ਜੀਨ ਮਿਲਿਆ ਇਹ ਇਦਾਂ ਵਿਆਹਵਾਨ ਹੋਇਆ ਵਾ ਖਾਲੀ ਹੋਇਆ ਵਾ ਸਾਰਾ ਪਿੰਡ ਫਿਰ ਉਹਨੇ ਸਾਰੇ ਪਿੰਡ ਛਾਣੇ ਕੋਈ ਪਿੰਡਾਂ ਦੇ ਵਿੱਚੋਂ ਇੱਕ ਬੰਦਾ ਤੱਕ ਨਹੀਂ ਉਹਨੂੰ ਲੱਭਿਆ ਤੇ ਇਹ ਤੋਂ ਬਾਅਦ ਕਿਹਾ ਜਾਂਦਾ ਫਿਰ ਇਹਨਾਂ ਦਾ ਕੋਈ ਪਤਾ ਹੀ ਨਹੀਂ ਲੱਗਾ ਕੁਸ਼ਕ ਦਾ ਕਹਿੰਦੇ ਵੀ ਆਸੇ-ਪਾਸੇ ਵਸੇ ਹੋਇਆ ਪਰ ਬਹੁਤਿਆਂ ਦੀ ਤਾਂ ਕੋਈ ਉੱਗ ਸੁਗਿਨੀ ਪਤਾ ਅੱਜ ਤੱਕ ਨਹੀਂ ਕਿਸੇ ਨੂੰ ਪਤਾ ਵੀ ਇਹ ਕਿੱਥੇ ਜਾ ਕੇ ਬਸ ਗਏ ਕਿੱਥੇ ਜਾ ਕੇ ਨਹੀਂ ਇਹ ਇਸ ਪਿੰਡ ਦੀ ਜਿਹੜੀ ਆ ਅਸਲ ਕਹਾਣੀਆਂ ਤੇ ਫਿਰ ਇੱਕ ਗੱਲ ਉਹਦੇ ਨਾਲ ਹੋਰ ਚੱਲਦੀ ਆ ਭਈ ਉਹ ਜਾਂਦੇ-ਜਾਂਦੇ ਬ੍ਰਾਹਮਣ ਸੀਗੇ ਇਸ ਪਿੰਡ ਨੂੰ ਸ਼ਰਾਪ ਦੇ ਗਏ ਸੀ ਜੇ ਅਸੀਂ ਇੱਥੇ ਸੁਖੀ ਨਹੀਂ ਬਸ ਸਕੇ ਤਾਂ ਕੋਈ ਹੋਰ ਵੀ ਬਸੂਗਾ ਹੀ ਨਹੀਂ ਇੱਥੇ ਤੇ ਕਹਿੰਦੇ ਹੈਗੇ ਕਿ ਏਦੂ ਮੁੜ ਕੇ ਹੁਣੇ ਕੋਸ਼ਿਸ਼ ਤਾਂ ਬਥੇਰੀ ਕੀਤੀ ਰਾਜੇ ਨੇ ਵੀ ਇੱਥੇ ਹੋਰ ਪਿੰਡਾਂ ਪੁਨਾਂ ਨੂੰ ਵਸਾਉਣ ਦੀ ਹਜੇ ਤੱਕ ਕੋਈ ਵੀ ਇੱਥੇ ਪਿੰਡਾਂ 'ਚ ਬਸ ਨਹੀਂ ਪਾਇਆ ਸੁਖੀ ਨਹੀਂ ਬਸਿਆ ਇੱਥੇ ਕੋਈ ਵੀ ਰਹਿ ਹੀ ਨਹੀਂ ਸਕਿਆ ਜਿਵੇਂ ਹੁਣ ਜੇ ਤਾਂ ਜਾਂ ਨੀ ਘਰ ਬਣੇ ਬਣਾਏ ਸੀਗੇ ਠੀਕ ਆ ਚਲੋ ਪਿੰਡ ਛੱਡ ਗਏ ਆਰਮਨਾਲ ਰਹਿਲ ਦੇ ਲੋਕ ਆ ਕੇ ਇੱਥੇ ਉਹਦਾ ਪਿੰਡ 84 ਪਿੰਡ ਬਸੇ ਵਸਾਏ ਮਿਲ ਗਏ ਘਰ ਬਣੇ ਬਣਾਏ ਮਿਲ ਗਏ ਕੋਈ ਉਹਨੂੰ ਖਰਚਾ ਨਹੀਂ ਕਰਨਾ ਪਿਆ ਪਰ ਇੱਥੇ ਬਸੇ ਹੀ ਨਹੀਂ ਐਦੂ ਮੁੜ ਕੇ ਕੋਈ ਇਹ ਭਾਈ ਪੂਰਾ ਇਹ ਹਾਉਂਟਡ ਹਾਊਸ ਕਹਿ ਦਿੰਦੇ ਆਂ ਇੰਡੀਆ ਦਾ ਇਹਨੂੰ ਪੂਰਾ ਪਿੰਡ ਹੀ ਹਾਉਂਟਡ ਆਗਾ ਤੇ ਲੋਕਾਂ ਦਾ ਇਸ ਲੋਕਲ ਦਾ ਮੰਨਣਾ ਜ਼ਰੂਰ ਹੈ ਕੁਛ ਕਦਾ ਬਾਕੀ ਤਾਂ ਕਹਿੰਦੇ ਕੋਈ ਗੱਲ ਹੈ ਨਹੀਂ ਪਰ ਬਹੁਤ ਹੀ ਗਿੰਤੀ ਇੱਥੇ ਕਹਿੰਦੇ ਕਿ ਰਾਤ ਨੂੰ ਰਾਦੇ ਟਾਈਮ ਤੇ ਇੱਥੋਂ ਹੱਸਣ ਦੀਆਂ ਆਵਾਜ਼ਾਂ ਆਉਂਦੀਆਂ ਚੂੜੀਆਂ ਖੜਕਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਜੇ ਕੋਈ ਇੱਥੇ ਗੱਡੀ ਗੁੱਡੀ ਨੰਗਦੀ ਹਰੇ ਤਾਂ ਮਿੱਟੀ ਕਿਉਂ ਉੱਡਦਾ ਰਹਿੰਦਾ ਤੇ ਜੇ ਕੋਈ ਨੰਗਦੀਆ ਗੱਡੀ ਤਾਂ ਉਹਦੇ ਚੀਸਾਂ ਤੇ ਬੱਚਿਆਂ ਦੇ ਪੰਜਿਆਂ ਦੇ ਨਿਸ਼ਾਨ ਵੱਜਾ ਕਈਆਂ ਦੇ ਕਹਿੰਦੇ ਆਪਾਂ ਇੱਥੋਂ ਪੜ-ਥੁਪੜ ਵੀ ਬੱਜੇ ਆ ਕਿ ਭੂਤਾਂ ਤੋਂ ਹੁਣ ਇਹਦੇ ਵਿੱਚ ਕਿੰਨੀ ਕਿ ਸੱਚਾਈ ਕੀ ਨਾ ਇਹ ਆਪਾਂ ਨੂੰ ਨਹੀਂ ਪਤਾ ਇਹ ਇਸ ਪਿੰਡ ਦੀ ਅਸਲ ਉਜੜੇ ਹੋਏ ਪਿੰਡ ਦੀ ਅਸਲ ਕਹਾਣੀ ਸੀ ਜਿਹੜੀ ਆਪਾਂ ਤੁਹਾਨੂੰ ਦੱਸਦੇ ਅੱਜ ਠੀਕ ਹੈ ਜੀ ਤੇ ਆਜੋ ਹੁਣ ਆਪਾਂ ਇੱਕ ਵਾਰੀ ਤੁਹਾਨੂੰ ਪਿੰਡ ਦਾ ਦਿਖਾ ਦਈਏ ਫਿਰ ਮੈਂ ਤਾਂ ਹੁਣ ਆਏ ਆ ਆਪਾਂ ਕਿਸੇ ਦੇ ਘਰੇ ਤੇ ਪਿੰਡਾਂ ਦੇਖ ਕੇ ਜਾਈਏ ਪਿੰਡ ਦੇਖ ਜਾਈ ਆਪਾਂ ਆਹ ਦੇਖ ਲਓ ਉਮੀ ਪੱਥਰ ਪੁੱਥਰ ਪਿਆ ਪੱਥਰ ਵੀ ਨਹੀਂ ਛੇੜੇ ਸੱਚ ਇੱਕ ਹੋਰ ਆ ਇਤੋ ਜਿਆ ਲੋਕਾਂ ਨੇ ਪੱਥਰ ਵੀ ਨਹੀਂ ਛੇੜੇ ਪਿੰਡ ਦੇ ਹੁਣ ਦੇਖੇ ਕਿਤੇ ਮੈਨੂੰ ਕੋਈ ਭੂਤ ਆ ਕੇ ਢਾਲੇ ਇਕੱਲੇ ਫਿਰਦਾ ਮੈਂ ਹਰ ਤੇ ਮੇਰਾ ਨਾਮ ਮੈਨੂੰ ਕੁਝ ਨਹੀਂ ਪਤਾ ਉਹ ਕਿੱਧਰ ਲੰਘਿਆ ਤੇ ਉਹ ਲੋਕ ਬੈਠੇ ਛੱਤਾਂ ਤੇ ਫੋਟੋਆਂ ਖਿਚਾਈ ਜਾਂਦੇ ਹੈਗੇ जैसलमेर ਦਾ ਇਹ ਪਿੰਡ ਆ ਗਿਆ ਇੱਕ ਇਹ ਸਰਕਾਰ ਵੱਲੋਂ ਨਾ ਐ ਇਹਨੂੰ ਚਾਰੇ ਪਾਸਿਓਂ ਬੰਦ ਕਰ ਦਿੱਤਾ ਗਿਆ। ਰਾਤ ਨੂੰ ਇੱਥੇ ਕਹਿੰਦੇ ਵੀ 4 ਵਜੇ ਢੇਡਾ ਮਾਰਦੇ ਆ ਕਿ ਜਿਹੜੇ ਇੱਥੇ ਰੱਖੇ ਹੋਏ ਬੰਦੇ ਆਗੇ ਤੇ ਸਾਰੇ ਇਸ ਕਿਲੇ ਨੂੰ ਇਸ ਪਿੰਡ ਨੂੰ ਖਾਲੀ ਕਰਵਾ ਲੈਂਦੇ ਆ ਵੀ ਇਸ ਤੋਂ ਬਾਅਦ ਕੋਈ ਇੱਥੇ ਤਾਂ ਕੇ ਰਹਿਣਾ ਜਾਵੇ। ਸਾਰਾ ਪਿੰਡ ਇੱਥੋਂ ਖਾਲੀ ਕਰਵਾ ਲਿਆ ਜਾਂਦਾ ਹੈ ਨਾ ਵੱਲੋਂ। ਇਹ ਇਹ ਭੂਤੀਆ ਪਿੰਡ ਕਹਿ ਦਿੰਦੇ ਆ Rajasthan ਦਾ ਸਭ ਤੋਂ ਜ਼ਿਆਦਾ ਹੰਟਡ ਹੰਟਡ ਪਲੇਸ ਆ ਯਾਨੀ ਕਿ ਇਹ ਸਭ ਤੋਂ ਜ਼ਿਆਦਾ ਪੂਰੇ Rajasthan ਦੀ ਕਿ ਪੂਰੇ India ਦੀ ਹੰਟਡ ਪਲੇਸ ਕਿਹਾ ਜਾਂਦਾ। ਇਸ ਪਿੰਡ ਨੂੰ ਤੇ ਹੁਣ ਆਪਾਂ ਪਿੰਡ ਦੇ ਜਮਾਂ ਵਿਚਾਲੇ ਫਿਰ ਰਹੇ ਆ ਵਿਚਾਲੇ ਕੀ ਖੁੰਝੇ ਜੇ ਤੇ ਆਗੇ ਇੱਕ ਪਾਸੇ ਸਾਰਾ ਪਿੰਡ ਆਪਾਂ ਤੁਰਕੇ ਹੀ ਗਾਤਾ ਆਹ ਮੈਨੂੰ ਵਾਪਸ ਜਾਂਦਾ ਮੈਨੂੰ ਵੀ ਨਹੀਂ ਲੱਭ ਰਿਹਾ ਜਾਣਾ ਕਿੱਧਰ ਦੀ ਅਸਲ ਚ ਕਿਉਂਕਿ ਨਾ ਤਾਂ ਅਜੇ ਤੱਕ ਕੋਈ ਪਿੰਡ ਪਿੰਡ ਯਾਰ ਬਣਾਇਆ ਕਿ ਮੇਰੇ ਨੇ ਗਲੀ ਗੁਲੀ ਪਿੰਡ ਚ ਕੋਈ ਰੱਖੀ ਵੀ ਨਹੀਂ ਪਰਾਂ ਜਾਣ ਨੂੰ ਇਹ ਤਾਂ ਕਲੋਨੀ ਵਾਲਾ ਹਿਸਾਬ ਕਰਤਾ ਇਹਨਾਂ ਨੇ ਉਹ ਮਿਲ ਗਈ ਗਲੀ ਦੇਖਦੇ ਆ ਉਹ ਕਿੱਥੇ ਲੱਗੇ ਜਾਂਦੀ ਆਪਾਂ ਨੂੰ ਹੁਣ ਜੇ ਨੰਗਾ ਜਾਊਗਾ ਨਹੀਂ ਕੰਦਾ ਕੋੰਦਾ ਟੱਪ ਕੇ ਤਾਂ ਨੰਗਾਂਗੀ ਕਿਸੇ ਪਾਸੇ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਰਾਂ ਮਿਲ ਗਿਆ ਇਸ ਵਕਤ ਆਪਾਂ ਕੁਲਤਰਾ ਪਿੰਡ ਦੀ ਇੱਕ ਗਲੀ ਦੇ ਵਿੱਚੋਂ ਦੀ ਲੰਘ ਰਹੇ ਆਂਗੇ ਕਾਫੀ ਟਾਈਮ ਦਾ ਮੈਂ ਇਸ ਪਿੰਡ ਦੀਆਂ ਗਲੀਆਂ ਨੂੰ ਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਲਗਾਤਾਰ ਹੀ ਪਿੰਡ ਦੇ ਜਿਹੜੇ ਘਰ ਹੁੰਦੇ ਸੀ ਇਹ ਪਿੰਡ ਦੀ ਆਪਾਂ ਤੁਹਾਨੂੰ ਨਾਲ-ਨਾਲ ਕਹਾਣੀ ਸੁਣਾਤੀ ਹੈ ਇਹ ਪਿੰਡ ਹੁਣ ਦੇਖਦੇ ਆਂ ਆਪਾਂ ਉੱਪਰੋਂ ਖੜ ਕੇ ਉਚਾਈ ਤੋਂ ਕਿਵੇਂ ਡਰਾਉਣਾ ਜਿਹਾ ਬਹੁਤ ਲੱਗਦਾ ਪਿੰਡ ਇਹ ਅਸਲ ਦੇ ਵਿੱਚ ਆਪਾਂ ਨੇਰੇ ਸਵੇਰੇ ਬਾਕੀ ਜੇ ਇੱਥੇ ਆ ਜੀ ਹੈ ਨਾ ਯਾਰ ਜਿੱਦਾਂ ਦਾ ਪਿੰਡ ਹੈਗਾ ਨਾ ਇਹ ਡਰਾਉਣਾ ਜਿਹਾ ਬਹੁਤ ਲੱਗ ਰਿਹਾ ਕਿਉਂਕਿ ਉਜੜਿਆ ਹੋਇਆ ਹੈਗਾ ਰਾਤ ਨੂੰ ਤਾਂ ਇੱਥੇ ਇਕੱਲਾ ਕੇਹਰਾ ਤਾਂ ਕਿਹੜਾ ਰਹਿ ਲੂਗਾ ਬਹੁਤ ਔਖਾ ਇੱਥੇ ਇਕੱਲਾ ਕਹਿਦਾ ਤਾ ਰਹਿਣਾ ਹੈ ਨੀਗਾ ਪੰਗਾ ਨਾਲ ਲਿਓ ਕੋਈ ਆਕੇ ਤੇ ਇੱਥੇ ਅੱਜ ਕਿਸੇ ਬਾਲੀਵੁੱਡ ਵਾਲੇ ਦੀ ਸ਼ੂਟਿੰਗ ਵੀ ਚੱਲੀ ਹੋਈ ਹੈ ਕੇਲੇ ਦੇ ਇਹਦੇ ਪਿੰਡ ਦੇ ਵਿੱਚ ਵੀ ਚੱਲੀ ਹੈ ਤੇ ਉਹ ਬਾਰੇ ਇੱਕ ਝੀਲ ਜੀ ਉੱਥੇ ਉਧਰ ਵੀ ਸ਼ੂਟਿੰਗ ਚੱਲੀ ਹੋਈ ਹੈ ਕਹਿੰਦੇ 200 ਗੱਡੀ ਦਾ ਕਾਫਲਾ ਨਾਲਾ ਵੈਨਿਟੀ ਵੈਨ ਆਪ ਵਗੈਰਾ ਚਾਰੇ ਪਾਸੇ ਖੜੀਆਂ ਨੇ ਅੱਜ ਇੱਥੇ ਸੋ ਉਹਦੇ ਕਰਕੇ ਥੋੜਾ ਜਿਹਾ ਪਰਾਂ ਨੂੰ ਇਕੱਠਾ ਜਦਾਗਾ ਐਂਟਰੀ ਇੰਟਰਵਿਊ ਕਰੀ ਜਗਾ ਤੇ ਇਹ ਬੰਦ ਕਰੀ ਬੈਠਿਆ ਇਹ ਪਿੰਡ ਆ ਦੇਖ ਲੋ ਯਾਰ ਕਿਸੇ ਟਾਈਮ ਕਿਵੇਂ ਹੈਣਾ ਖੁਸ਼ਹਾਲ ਪਿੰਡ ਬਸਦਾ ਹੋਊਗਾ ਇਹ ਵੀ ਪਰੋ ਇੱਕ ਬੰਦੇ ਦੇ ਕਰਕੇ ਇਹ ਸਾਰਾ ਪਿੰਡ ਜਿਹੜਾ ਰਾਤ ਤੇ ਰਾਤ ਐ ਬਿਆਵਾਣ ਦੇ ਵਿੱਚ ਤਬਦੀਲ ਹੋ ਗਿਆ 2013 ਤੋਂ ਹੀ ਇਹ ਦਾ ਜਿਹੜਾ ਪਿੰਡ ਦਾ ਨਾਮ ਆ ਨਾ ਉਹ ਵਰਲਡ ਹੈਰੀਟੇਜ ਦੇ ਵਿੱਚ ਪਾਤਾ ਸੀਗਾ 2013 ਤੇ ਇੱਥੇ ਸਾਰੀ ਰਿਸਰਚ ਵਗੈਰਾ ਕੀਤੀ ਹੋਈ ਸੀ ਕਹਿੰਦੇ 네ਗੇਟਿਵ ਵਾਈਬਸ ਇੱਥੇ ਆਉਂਦੀਆਂ ਜਰੂਰ ਬਹੁਤ ਜ਼ਿਆਦਾ 네ਗੇਟਿਵ ਵਾਈਬਸ ਐ ਇੱਥੇ 네ਗੇਟਿਵ ਵਾਈਬਸ ਕਹਿੰਦੇ ਆਪਣੇ ਪੰਜਾਬ ਬਹੁਤੋ ਵਿਸ਼ਵਾਸ ਨਹੀਂ ਹੁੰਦਾ ਭੂਤਾ ਪ੍ਰੇਤਾਂ ਤੇ ਪਰ ਪਈ ਇੱਥੋਂ ਦੇ ਲੋਕ ਜਰੂਰ ਕਹਿੰਦੇ ਕਿ ਇੱਥੇ ਬਹੁਤ ਜਿਆਦਾ ਨੈਗੇਟਿਵ ਵਾਈਬਸ ਆ 2013 ਚ ਸਰਕਾਰ ਨੇ ਇਹ ਸਾਰਾ ਕੁਝ ਕਰਵਾਇਆ ਸੀਗਾ ਤੇ ਤੋਂ ਬਾਅਦ ਇਹਨੂੰ ਫਿਰ ਭੂਤਿਆ ਪਿੰਡ ਹੰਟਡ ਹਾਊਸ ਹੰਟਡ ਵਿਲੇਜ ਕਹਿੰਦੇ ਹਾਊਸ ਦਾ ਘਰ ਹੋ ਗਿਆ ਹਨ ਹੰਟਡ ਹਾਊਸ ਕਹਿ ਦਿੰਦੇ ਆਗੇ ਇਹਨੂੰ ਭੂਤਿਆ ਪਿੰਡ ਦਾ ਤੁਸੀਂ ਵੀਊ ਦੇਖ ਰਹੇ ਹੋ ਹੁਣ ਉਹ ਕੋਠੇ ਤੇ ਚੱਲ ਕੇ ਦੇਖਾਂਗੇ ਆਪਾਂ ਉੱਥੋਂ ਵੀਊ ਦੇ ਦੇਖੂਗਾ ਉੱਚੇ ਤੋਂ ਤੇ ਆਹ ਵੜਿਆ ਹੁਣ ਆਪਾਂ ਇੱਕ ਘਰ ਦੇ ਵਿੱਚ ਇਹ ਘਰ ਦੇੋਂ ਪੌੜੀਆਂ ਤੇ ਚੜ ਕੇ ਉੱਪਰ ਦਾ ਜਿਹੜਾ ਵੀਊ ਆ ਉਹ ਦੇਖੂ ਆ ਪੌੜੀਆਂ ਵੀ ਦੇਖੋ ਹਨਾ ਇੰਹੀਂ ਕੱਚੀਆਂ ਇੱਟਾਂ ਦੇ ਵਿੱਚ ਫਸਾ ਕੇ ਇੰਹੀਂ ਲਾਈਆਂ ਹੋਈਆਂ ਬੜੀ ਮਜ਼ਬੂਤ ਚੀਜ਼ ਹੈ ਵੀ ਆ ਦੇਖੋ ਇੱਧਰ ਆਣਾ ਸਹੀ ਆ ਤੇ ਜਿਹੜੇ ਘਰ ਦੀ ਛੱਤ ਤੇ ਚੜਿਆ ਨਾ ਇਹ ਇਸ ਪਿੰਡ ਦਾ ਇਕਲੌਤਾ ਘਰ ਜਿਹਦੇ ਉੱਪਰ ਚਵਾਰਾ ਬਣਿਆ ਹੋਇਆ ਚਵਾਰੇ ਦੇ ਉੱਪਰ ਵੀ ਜਿਹੜੀਆਂ ਪੌੜੀਆਂ ਜਾਂਦੇ ਬਾਣੇ ਤੇ ਇਹ ਆ ਇਸ ਉਜੜੇ ਹੋਏ ਪਿੰਡ ਦਾ ਹਵਾਈ ਨਜ਼ਾਰਾ ਤਾਂਹਾਂ ਤੋਂ ਇਹ ਸਾਰਾ ਪਿੰਡ ਆ ਜੀਦਾਗਾ ਥੋੜੀ ਜਿਹਾ ਜੂਮ ਕਰ ਦਿੰਨਾ ਇਹ ਸਾਰਾ ਜਿੰਨੇ ਦਾ ਪਿੰਡ ਆ ਸਾਰੇ ਨਹੀਂ ਘਰਾਂ ਨੇ ਛੱਤ ਕਿਸੇ ਦੇ ਘਰ ਤੇ ਨਹੀਂ ਮਿਲਨੀ ਸੋਨੂੰ ਯਾਰ ਆ ਦੋ ਤਾਂ ਨੇੜੇ ਘਰ ਆ ਇਹ ਰਿਪੇਅਰ ਕੀਤੇ ਹੋਇਆ ਬਾਕੀ ਪੂਰੇ ਪਿੰਡ ਦੇ ਜਿੱਥੇ ਤੱਕ ਜਾਂਦੀ ਆ ਸਾਰਾ ਪਿੰਡ ਸੀ ਪਰਾਂ ਤੱਕ ਕਿਸੇ ਘਰ ਦੇ ਉੱਪਰ ਛੱਤ ਸਾਫ਼ ਤੀ ਨਹੀਂ ਬੱਜੀ ਇਹ ਉਹ ਪਿੰਡ ਕੁਲਤਾਰਾ ਇੱਧਰ ਵੀ ਆ ਕਾਫੀ ਵੱਡਾ ਪਿੰਡ ਸੀ ਇਹ ਅਰ ਦੇਖ ਲੋ ਨਾ ਇੱਕ ਰਾਤ ਦੇ ਵਿੱਚ ਹੀ ਖਾਲੀ ਹੋ ਗਿਆ ਸਾਰਾ ਪਿੰਡ ਇਹ ਕੁਝ ਕੁ ਆਹ ਤੁਹਾਨੂੰ ਦਿਖਾ ਦਿਆਂ। ਤੇ ਇੱਥੇ ਸੀ ਜਿਹੜਾ ਪੰਚਾਇਤ ਵਾਲਾ ਥਾਂ ਇੱਧਰ ਨਾਲ ਆ ਗਿਆ ਬਿਲਕੁਲ ਮੰਦਿਰ ਤੇ ਉਹ ਦਰੋਹ ਦੂਜਾ ਸ਼ਾਟ ਇੱਕ ਤਾਂ ਇੱਧਰ ਮੇਨ ਜਿਹੜਾ ਉਹਨਾਂ ਨੇ ਫਿਲਮ ਵਾਲਾਂ ਨੇ ਆਬਦਾ ਲਾਇਆ ਹੋਇਆ ਭਾਈ ਟੰਟ ਟੰਟ ਤੰਬੂ ਤੰਬੂ ਉਹ ਸਾਰਾ ਕੁਝ ਉਧਰ ਲਾਇਆ ਹੋਇਆ ਇੱਧਰ ਆ ਚਾਰੇ ਪਾਸੇ ਜਿੱਧਰ ਵੀ ਤੁਹਾਡੀ ਨਿਗਾ ਜਾਊਗੀ ਇਹ ਉਹ ਉਜੜੇ ਹੋਏ ਪਿੰਡ ਦਾ ਸੀਨ ਰਾਤੇ ਰਾਤ ਗਾਇਬ ਹੋਏ ਵੀ ਪੂਰੇ ਪਿੰਡ ਦਾ ਸੀਨ ਤੁਹਾਨੂੰ ਇੱਥੋਂ ਦੇਖ ਸਕਦੇ ਹੋ ਸਵੇਰ ਨੂੰ ਦੇਖ ਲੋ ਇੱਥੋਂ ਹਨ ਇੱਕ ਵੀ ਬੰਦਾ ਨਾਲ ਲੱਭਣਾ ਤੇ ਇੱਕ ਦਿਨ ਪਹਿਲਾਂ ਐਡਾ ਵੱਡਾ ਭਰਿਆ ਹੋਇਆ ਪਿੰਡ ਬਸਿਆ ਹੋਣਾ ਕਮਾਲੀਆ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਹਦੇ ਵਿੱਚ ਇੱਕ ਰਾਤ ਦੇ ਵਿੱਚ 84 ਪਿੰਡਾਂ ਦੇ ਲੋਕਾਂ ਦੀ ਗਾਇਬ ਹੋਣ ਦੀ ਦੱਸੀ ਆਪਾਂ ਤੁਹਾਨੂੰ ਕਹਾਣੀ ਤੇ ਕੁਲਧਰਾ ਪਿੰਡ ਦਿਖਾਇਆ ਤੇ ਉਹ ਦਿਖਾਇਆ ਉਹ ਉਜੜੇ ਹੋਏ ਬਿਆਬਾਨ ਹੋਏ ਵੇ ਘਰ ਕਿਉਂ ਨਹੀਂ ਇੱਥੇ ਨਾ ਬਣੇ ਹੋਏ ਘਰਾਂ ਦੇ ਵਿੱਚ ਲੋਕ ਦੁਆਰਾ ਬਸ ਕੇ ਇਹ ਸਾਰੀ ਕਹਾਣੀ ਆਪਾਂ ਦੋਨੇ ਪੱਖ ਜਿਹੜੇ ਇਸ ਵੀਡੀਓ ਦੇ ਵਿੱਚ ਰੱਖੇ ਆਗੇ ਪੱਖ ਨੂੰ ਮੰਨਣਾ ਨਾ ਮੰਨਣਾ ਉਹ ਆਪਣੇ ਜਿਹੜਾ ਪੱਖ ਆਪਾਂ ਨੂੰ ਲੱਗਦਾ ਆ ਆਪਾਂ ਉਹ ਮੰਨਦੇ ਆਂਗੇ ਹਨ ਤੇ ਇਹ ਵਸ ਇਸ ਪਿੰਡ ਦੀ ਕਹਾਣੀ ਸੀ ਜਿਹਦੇ ਵਿੱਚ ਅਸਲ ਕਾਰਨ ਉਦਾਂ ਕੋਈ ਇੱਥੇ ਇਹ ਭੂਤਿਆ ਵਿਲੇਜ ਨਹੀਂ ਆ ਬਸ ਇਹਨੂੰ 2013 ਦੇ ਵਿੱਚ ਇਸ ਤੋਂ ਬਾਅਦ ਇਹ ਇਹ ਪਿੰਡ ਜਿਆਦਾ ਫੇਮਸ ਹੋ ਗਿਆ ਸੀ ਜਦੋਂ ਇਹਨੂੰ ਹੰਟਡ ਹੰਟਡ ਵਿਲੇਜ ਦੇ ਨਾਂ ਤੇ ਭੂਤਿਆ ਪਿੰਡ ਦਾ ਜਿਹੜਾ ਆਫੀਸ਼ੀਅਲੀ ਦਰਜਾ ਮਿਲ ਗਿਆ ਸੀ ਇਹ ਸਾਰਾ ਪਿੰਡ ਇਹ ਸਾਰੇ ਪਿੰਡ ਦੀ ਕਹਾਣੀ ਚਲੋ ਹੁਣ ਆਪਾਂ ਸਫਰਾਂ ਨੂੰ ਕਰਦੇ ਹੋਏ ਜਾਰੀ ਚੱਲਦੇ ਆਂ ਇੱਥੋਂ ਜਾਵਾਂਗੇ ਆਪਾਂ ਸੈਮ ਡੇਜਟ ਸੈਮ ਡੇਜਟ ਜਾਨੀ ਕਿ ਸਮ ਡੇਜਟ ਤੇ ਦੋਨੇ ਚੀਜ਼ਾਂ ਦੋਨੇ ਨਾਂ ਲੈ ਲੈਂਦੇ ਆਂ ਅੰਗਰੇਜ਼ੀ ਹੋ ਹਿੰਦੀ ਚ ਲਿਖਣ ਕਰਕੇ ਥੋੜਾ ਜਿਹਾ ਫਰਕ ਪੈ ਜਾਂਦਾਗਾ ਤੇ ਉੱਥੇ ਜਾ ਕੇ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਸਾਰੇ ਰੇਤ ਦੇ ਢਿੱਲਾਂ ਦੇ ਉੱਪਰ ਕਿਵੇਂ ਹੁੰਦੀ ਆ সাফਾਰੀ ਉੱਠ ਤੇ ਲੋਕ ਬਹਿੰਦੇ ਉਹ ਸਾਰੀ ਗੱਲਬਾਤ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਕਰਾਂਗੇ ਦਿਓ ਜਾਜਤ ਸਬਸਕ੍ਰਾਈਬ ਚੈਨਲ ਕਰ ਦਿਆ ਕਰੋ ਵੀਡੀਓ 4 ਵਜੇ ਆਉਂਦੀ ਆ ਦੇਖਿਆ ਜਰੂਰ ਕਰੋ ਰਿਮਾਈਂਡਰ ਲਾ ਲਿਆ ਕਰੋ 4 ਵਜੇ ਦਾ ਸ਼ਾਮ ਨੂੰ 4 ਵਜੇ ਵੀਡੀਓ ਆਉਂਦੀ ਆ ਦੇਖਿਆ ਡੇਲੀ ਕਰੋ ਵੀਡੀਓ ਨੂੰ ਜੁੜੇ ਰਹੋ ਇਸ ਸਫ਼ਰ ਦੇ ਨਾਲ ਸਤਿ ਸ੍ਰੀ ਅਕਾਲ ਜੀ